को कच्चे केले से वो पर छिल के काट लेने ब्रीक ब्रीक आ देने को एकदम सोना पहले भी लेज बनावांगे जो कि बहुत बढ़िया बनती है उसी भी करें जरूर ट्राई करियो आपने तेल थोड़ा तेल गर्म हो गया थोड़े थोड़े करके एकदम छोड़ूंगे नीचे अग फुल रखांगे नहीं फिर अपना तेल ठंडा हो जाएगा और मैं तुम दस का रहेगा सीधा बैठी तो तेरे देख ही नहीं देख ली वो ना ये इन कर दिया ये तो इन खराब है तो रोज नित्य नई चीज पा रही है भी रोज नई चीज हो गए खान मैंने कि मैं कहने तेन अकल ही नहीं है आई कर दिया ये तो तू देखी हो जिन्ने दिन रहूंगी नाल ही कहंगी मैंने 10 सूट चाहिए 10 सूट तो मेरे कोले भी नहीं आ इकनी मठा नहीं पूरे 10 सूट कोई तो ना ना तो भी देख ला ਨਾਲੇ ਰੋਜ਼ ਨਵਾਂ ਖਰਚਾ ਕਰਾਇਆ ਕੋਈ ਵੀ ਆਪਾਂ ਦੇਖੀ ਜਾਂਦੇ ਇਹਦਾ ਮੂੰਹ ਤਾਂ ਸਾਰਾ ਦਿਨ ਚਵਰ ਚਵਰ ਚੱਲੀ ਜਾਂਦਾ ਵਾ ਰਾਮੂ ਤੋਂ ਦੇਖੀ ਮੈਂ ਅੱਡਾ ਵੇਲ ਬਣਾ ਕੇ ਜਾਊਗੀ ਕਦੇ ਰਾਮੂ ਮੈਨੂੰ ਆ ਲਿਆ ਦੇ ਫੇਰ ਕਹੂੰਗੀ ਲੈ ਮੇਰੇ ਤਾਂ ਦੰਦ ਨਹੀਂ ਮੇਰੇ ਤਾਂ ਝਾੜ ਨਹੀਂ ਮੈਨੂੰ ਤਾਂ ਪੋਲੀ ਚੀਜ਼ ਬਣਾ ਕੇ ਦਿਓ ਕਦੇ ਕੁਛ ਬਣਾ ਦਿਓ ਨਾਲੇ ਦੁਕਾਨ ਤੇ ਨਾਲੇ ਘਰ ਦੁੰਨੇ ਪਾਸੇ ਖਾਂਦੀ ਹੈ ਬਾਲਾ ਖਰਚਾ ਕਰਾਉਗੀ ਇਹ ਤਾਂ ਦੇਖੀ ਜਿਹੜਾ ਕਹਿੰਦੀ ਮੈਂ ਸਾਲ ਬਾਅਦ ਆਉਣੀ ਹੈ ਨਾ ਉਹ ਆਪਦੀ ਸਾਰਾ ਅੱਗਾ ਪਿੱਛਾ ਕੱਢ ਕੇ ਜਾਊਗੀ ਹੁਣ ਤੂੰ ਆ ਗਈ ਤੂੰ ਦੇਖ ਮੈਨੂੰ ਤਾਂ ਉਦੋਂ ਬਾਅਦ ਬਣਾਉਣ ਲੱਗਾ ਜਦੋਂ ਮੈਂ ਨਾਨੇ ਕਹਿੰਦੇ ਆਪਾਂ ਨੂੰ ਕੋਈ ਨਹੀਂ ਆ ਗਈ ਆਈ ਬੋਲਦੀ ਹੈ ਇਹ ਤਾਂ ਜਮੀ ਨਹੀਂ ਦੇਖਦੀ ਬੇਇੱਜ਼ਤੀ ਕਰਨ ਲੱਗੀ ਆਪਦੀ ਨਾਲੇ ਭੋਰਾ ਘਰੇ ਨਹੀਂ ਚੱਲਦੀ ਬਸ ਇੱਥੇ ਆ ਕੇ ਹਾਂ ਮੈਂ ਤਾਂ ਆਪ ਪਹਿਲੀ ਵਾਰੀ ਮੈਂ ਤਾਂ ਦੇਖਿਆ ਮੈਂ ਤਾਂ ਕਿਹੜਾ ਦੇਖਣ ਤੇ ਗਿਆ ਜਦੋਂ ਮੇਰਾ ਹੋਇਆ ਸੀ ਮੈਂ ਤਾਂ ਹੀ ਨਹੀਂ ਗਈ तू आए करी तू चुप्पी रही बाला जी मुझे बोली ना नहीं तो होर से आप खड़ा करूंगी अपनी जान मैनू पता ना ये सवाल इन तो लड़न लगी ने कहन लगी ने देखना भी नहीं ये तो मिनट च लड़ाई पवा दू अपने घर कही दूंगी ओदी नूहां आए कर दू सही ਹੋਰ ਤਾਂ ਹੋਰ ਤੈਨੂੰ ਪਿਛਲੀ ਵਾਰ ਦੀ ਗੱਲ ਦੱਸਾਂ ਅਸੀਂ ਆ ਗਈ ਭਾਈ ਆਥਣੇ ਜੇ ਠੀਕ ਹੈ ਹੁਣ ਆਥਣੇ ਮੂੰਹ ਨੇਰੇ ਤੈਨੂੰ ਪਤਾ ਹੀ ਆ ਹਨਾ ਵੀ ਕਿੱਥੇ ਇੰਨਾ ਦਿਮਾਗ ਤੂੰ ਔੜਦਾ ਹੁੰਦਾ ਇੱਕ ਮੈਂ ਇਕੱਲੀ ਸੀ ਕੰਮ ਦਾ ਇੰਨਾ ਔਖਾ ਤੋਂ ਰਾਮੂ ਵੀ ਹੈ ਨਹੀਂ ਸੀ ਮੈਂ ਤਾਂ ਭੈਣੇ ਚਾਰ ਘਰ ਨਾ ਭੁੱਲ ਗਈ ਇਹਨੂੰ ਐਣੀ ਤਾਂ ਕੀ ਕੀਤਾ ਨਾ ਦੇਖਿਆ ਨਾ ਕੁਛ ਹੋਰ ਇਹਨੇ ਤਾਂ ਮੇਰੇ ਪੈਰਾਂ 'ਚ ਥਾਲ ਵਗਾ ਕੇ ਮਾਰਿਆ ਹੋਰ ਸੱਚੀ ਗਰਮ ਗਰਮ ਦਾਲ ਨੇ ਤਾਂ ਪੈਰਾਂ 'ਤੇ ਪੈ ਗਈ ਇੰਨੀ ਭੈੜੀ ਹੈ ਤਾਂ ਫਿਰ ਹੁਣ ਕਿੰਨੇ ਦਿਨ ਰਹਿਣਗੇ ਇਹ ਕੀ ਪਤਾ ਕਹਿੰਦੀ ਤਾਂ ਹੈਗੀ ਆਪਾਂ ਤਾਂ ਛੇਤੀ ਭਜਾ ਦਾਂਗੇ ਆਹ ਚੱਲ ਜੇ ਆਪਾਂ ਕੋਈ ਹੋਰ ਕੰਮ ਨਹੀਂ ਲਾ ਤੁਸੀਂ ਤਾਂ ਮੈਂ ਚੰਗੀ ਤਰ੍ਹਾਂ ਸੇਵਾ ਹੀ ਨਹੀਂ ਕੀਤੀ ਕਿੰਨੇ ਇੱਕ ਦਿਨ ਸੇਵਾ ਕਰ ਲਈ ਪ੍ਰੀਤੀ ਫਿਰ ਅਗਲਾ ਭਾਈ ਇੱਕ ਦਿਨ ਰਿਸ਼ਤੇਦਾਰ ਇੱਕ ਦਿਨ ਹੁੰਦਾ ਦੋ ਦਿਨ ਹੁੰਦਾ ਹੁਣ 10 ਦਿਨ ਇੰਨੇ ਕਿੰਨੇ ਕੁ ਦਿਨ ਦੀ ਸੇਵਾ ਕਰ ਲਈਏ ਆਪਣੇ ਮਰਜ਼ੀ ਨਾਲ ਦੇ ਲਵਾਂਗੇ ਤੂੰ ਚੰਗ 10 ਮੰਗ ਕੇ ਲੈਂਦੀ ਐ ਤਾਂ 10 ਸੂਟ ਮੰਗ ਕੇ ਲੈਂਦੀ ਆ 10 ਸੂਟ ਨਾਲੇ ਜਾਊਗੀ ਵੀ ਦੁਕਾਨ ਤੇ ਆਪ ਨਾਲ ਆਪਦੀ ਪਸੰਦ ਤੇ ਕਢਾਉਗੀ ਇਹ ਤਾਂ ਇੱਥੇ ਲੈ ਲੈਂਦੇ ਹਾਂ 5-5 ਨਾਲੇ ਪਾਉਗੀ ਵੀ ਗੂੜੇ ਗੂੜੇ ਆਹੋ ਐ ਨਹੀਂ ਹੈਗਾ ਤੂੰ ਫਿੱਕੇ ਪੂ ਵਾਲੇ ਸੂਟ ਲਊਗੀ ਇਹ ਪੂਰੇ ਐਨ ਗੂੜੇ ਫਿਰ ਨਾਲੇ ਕਹੂਗੀ ਨਾਲ ਦੀਆਂ ਜੁੱਤੀਆਂ ਵੀ ਲੈ ਕੇ ਦੋ ਰਿਹਾ ਜਾ ਕੁਛ ਹੈ ਇੰਨਾ ਖਰਚਾ ਕਰਾ ਕੇ ਜਾਊਗੀ ਤਾਂ ਮਹਿੰਗੀ ਪੈਂਦੀ ਆ ਫਿਰ ਵਿੱਕੀ ਦਾ ਪੂਰਾ ਖਰਚਾ ਕਰੂਗਾ ਹੋਰ ਵਿੱਕੀ ਤਾਂ ਕਰੂਗੀ ਜੇ ਕਹਿਣੇ ਫਿਰ ਵਿੱਕੀ ਗੱਲ ਪੈਂਦਾ ਮੈਨੂੰ ਅੱਜ ਤੱਕ ਤਦੇ ਵਿੱਕੀ ਕੋ ਮੰਗ ਤੂੰ ਕਹਿ ਕੇ ਦੇਖ ਲਈ ਵਿੱਕੀ ਨੂੰ ਤੂੰ ਕਹਿ ਕੇ ਦੇਖ ਲਈ ਕਿ ਮੰਗਣ ਦਾ ਕੀ ਹੁੰਦਾ ਤਾਂ ਮੰਗੀ ਹੋ ਜਾਊਗੀ ਘਰ ਵੀ ਦੇਖਣਾ ਕੋਈ ਤਾਂ ਗੱਲ ਫਿਰ ਵਿੱਕੀ ਮੇਰੇ ਨਾਲ ਲੜਨ ਲੱਗ ਜਾਂਦਾ
ਚਲ ਐ ਕਰ ਫਟਾਫਟ ਕਰ ਉਹ ਤਾਂ ਢਿੱਡ ਚ ਗਾਲਾਂ ਕੱਢਦੀ ਉਹ ਆਪਾਂ ਨੂੰ ਵੀ ਮੇਰੀਆਂ ਚੁਗਲੀਆਂ ਕਰੀ ਜਾਂਦੀਆਂ ਖਾਣ ਨੂੰ ਕੁਛ ਲਿਆਂਦਾ ਨੀ ਦੇ ਦੇ ਪਰ ਉਹਨੂੰ ਖਾਣ ਨੂੰ ਮੱਥਾ ਡੰਮ ਦੇ ਉਹਦਾ ਹੁਣ ਆਪਾਂ ਇਹਨਾਂ ਨੂੰ ਬਰਾਊਨ ਹੋਣ ਤੱਕ ਹੋਰ ਫਰਾਈ ਕਰਾਂਗੇ ਹਜੇ ਦੇਖੋ ਹਜੇ ਬਰਾਊਨ ਨਹੀਂ ਹੋਏ ਚੰਗੀ ਤਰ੍ਹਾਂ ਥੋੜ੍ਹੇ ਹੋਰ ਫਰਾਈ ਕਰਾਂਗੇ ਬਹੁਤ ਟੇਸਟੀ ਲੇਜ਼ ਬਣਦੇ ਆ ਕੱਚੇ ਕੇਲੇ ਆਪਾਂ ਨੂੰ ਮਿਲੀ ਜਾਂਦੇ ਆ ਚਿੰਤਾ ਬੜਾ ਹੀ ਦੂਰ ਹੋਇਆ ਕਰੇਗੀ ਬਾਹਰ ਚੱਲਿਆ ਸੀ ਫੰਕਸ਼ਨ ਤਾਂ ਬਹੁਤ ਚੱਲਦਾ ਮੇਰੇ ਤਾਂ ਉਹ ਮੁੰਡੇ ਨਾਲ ਕਰਨੀ ਸੀ ਮੈਂ ਹੈ ਮਾਂ ਤਾਂ ਮੈਂ ਤਾਂ ਨਹੀਂ ਕਰੇਗੀ ਹੈਗੀ ਕੀ ਹੋਣਾ ਇਹ ਤਾਂ ਮਾਰ ਜਾਣਾ ਹਾਂਜੀ ਹੁਣ ਇਹਨਾਂ ਨੂੰ ਕੱਢ ਲਿਆ ਸੀ ਇਹ ਬਰਾਊਨ ਹੋ ਗਏ ਆ ਤੁਸੀਂ ਦੇਖ ਸਕਦੇ ਹੋ ਹੁਣ ਇਸੇ ਨੂੰ ਕੱਢ ਲਿਆ ਹੁਣ ਆਪਾਂ ਇਹਦੇ ਚ ਥੋੜਾ ਥੋੜਾ ਲੂਣ ਮਿਰਚ ਪਾਵਾਂਗੇ ਕ੍ਰਿਸਪੀ ਹੋਣੇ ਚਾਹੀਦੇ ਨੇ ਦੇਖੋ ਜਦੋਂ ਇਸ ਤਰ੍ਹਾਂ ਟੁੱਟਣ ਲੱਗ ਜਾਣ ਥੋੜੀ ਜਿਹੀ ਮਿਰਚ ਪਾ ਲਾਂਗੇ ਇੱਦਾਂ ਨੀ ਚੰਗੀ ਤਰ੍ਹਾਂ ਮਿਕਸ ਕਰ ਲਓ ਇੱਕ ਵਾਰ ਜ਼ਰੂਰ ਟਰਾਈ ਕਰਿਓ ਬਹੁਤ ਟੇਸਟੀ ਲੇਜ ਬਣਦੇ ਆ ਬਸ ਜੀ ਲੈ ਪ੍ਰੀਤੀ ਮੈਂ ਆਈ ਤੂੰ ਐਂ ਕਰ ਭੂਆ ਨੂੰ ਗਿਆ ਉਹਦੇ ਮੱਥੇ ਮਾਰਿਆ ਉਹ ਤਾਂ ਤੜਫੀ ਗਈ ਹੋਰ ਤਾਂ ਪਾਣੀ ਆ ਨਹੀਂ ਪਤਾ ਮੇਰੇ ਵਾਸਤੇ ਵੀ ਰੱਖ ਦਿਓ ਕੋਈ ਨਾ ਦੇ ਦਿਓ ਨਹੀਂ ਤੇਰੇ ਵਾਸਤੇ ਨਹੀਂ ਹੋਰ ਆਪਣੇ ਕੋਲ ਆਪਣਾ ਮੈਂ ਛੱਡ ਰਹੀ ਹਾਂ ਤੇ ਆਪਾਂ ਪਾਣੀ ਬਣਾਵਾਂਗੇ ਆਲੂ ਦੀ